ਸਬਸਕ੍ਰਾਈਬ ਟੂ ਆਰ ਯੂਟਿਊਬ ਚੈਨਲ, ਪ੍ਰੈਸ ਦ ਬੈਲ ਆਈਕਨ ਟੂ ਗੈਟ ਦ ਲੇਟੈਸਟ ਅਪ। ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਅਲੱਗ ਅਲੱਗ ਰਾਜਨੀਤਿਕ ਪਾਰਟੀਆਂ ਦਾ ਚੋਣ ਪ੍ਰਚਾਰ ਸਿਖਰਾਂ ਤੇ ਹੈ। ਇਸ ਦੇ ਚੱਲਦਿਆਂ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਸ਼ ਸਿੰਘ ਕਾਕਾ ਦੇ ਹਲਕਾ ਮਲੋਟ ਵਿੱਚ ਚੋਣ ਪ੍ਰਚਾਰ ਕਰ ਰਹੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਚੋਣ ਪ੍ਰਚਾਰ ਦੌਰਾਨ ਮਲੋਟ ਸ਼ਹਿਰ ਅਤੇ ਪਿੰਡ ਕਿੰਗਰਾ ਵਿਖੇ ਅਲੱਗ ਅਲੱਗ ਪਾਰਟੀਆਂ ਛੱਡ ਕੇ ਆਪ ਵਿੱਚ ਸ਼ਾਮਿਲ ਹੋਣ ਵਾਲਿਆਂ ਦਾ ਉਹਨਾਂ ਦੇ ਵੱਲੋਂ ਸਵਾਗਤ ਕੀਤਾ ਗਿਆ। ਉਹਨਾਂ ਕਿਹਾ ਹੈ ਕਿ ਲੋਕ ਆਪ ਪਾਰਟੀ ਦੀਆਂ ਨੀਤੀਆਂ ਨੂੰ ਦੇਖ ਕੇ ਦੂਸਰੀਆਂ ਪਾਰਟੀਆਂ ਛੱਡ ਕੇ ਆਉਂਦੇ ਪਏ ਨੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਦੇਖ ਕੇ ਲੋਕ ਆਪ ਮੁਹਾਰੇ ਪਾਰਟੀਆਂ ਛੱਡਦੇ ਪਏ ਨੇ। ਇਸ ਮੌਕੇ ਉਹਨਾਂ ਨੇ ਹੰਸਰਾਜ ਹੰਸ ਦੇ ਸਵਾਲ ਤੇ ਵੀ ਜਵਾਬ ਦਿੱਤਾ। ਬਹੁਤ ਸੋਹਣਾ ਹੁੰਗਾਰਾ ਲੋਕਾਂ ਨੇ ਦਿੱਤਾ ਆਮ ਆਦਮੀ ਪਾਰਟੀ ਦੇ ਪ੍ਰਤੀ, ਔਰ ਅੱਜ ਅਸੀਂ ਸੁਬਹਾ ਤੋਂ ਲੱਗੇ ਹੋਏ ਹਾਂ। ਪਹਿਲਾਂ ਪਿੰਡਾਂ ਵਿੱਚ ਗਏ, ਪਿੰਡ ਕਿੰਗਰਾ ਵਿੱਚ ਵੀ ਸਾਡੇ ਕੋਲ ਪੰਚਾਇਤ ਮੈਂਬਰ ਅਤੇ ਕਈ ਪਰਿਵਾਰ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹੈ। ਇਸੇ ਤਰ੍ਹਾਂ ਹੀ ਅੱਜ ਸ਼ਹਿਰ ਦੇ ਵਿੱਚ ਵੀ ਸਾਡੇ ਬਹੁਤ ਹੀ ਸਤਿਕਾਰ ਸ਼ਖਸੀਅਤਾਂ ਜਿਨ੍ਹਾਂ 'ਚ ਸੰਧੂ ਪਰਿਵਾਰ ਉਹਨਾਂ ਦੇ ਨਾਲ ਹੋਰ ਬਹੁਤ ਸਾਰੀਆਂ ਫੈਮਿਲੀਜ਼ ਜਿਹੜੀਆਂ ਉਹ ਅਕਾਲੀ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਿਲ ਹੋ ਰਹੇ ਹੈ। ਔਰ ਮੈਂ ਕਹਾਂਗੀ ਜਿੱਥੇ ਸਾਡਾ ਪਰਿਵਾਰ 'ਚ ਵਾਧਾ ਹੋ ਰਿਹਾ ਉੱਥੇ ਸੰਗਠਨ ਨੂੰ ਵੀ ਬਹੁਤ ਮਜ਼ਬੂਤੀ ਮਿਲ ਰਹੀ ਹੈ। ਪਰਿਵਾਰਾਂ ਨਾਲ ਗੱਲਬਾਤ ਹੁੰਦੀ ਹੋਣੀ ਹੈ, ਕੀ ਨੀਤੀਆਂ ਨੂੰ ਵੇਖ ਕੇ ਜਿਹੜਾ ਹੈਗਾ ਦੂਜੀ ਪਾਰਟੀ ਨੂੰ ਛੱਡ ਕੇ ਤਰਾਂ? ਬਿਲਕੁਲ ਜੀ, ਹੁਣ ਮੈਂ ਜਿਵੇਂ ਪਿੰਡ 'ਚ ਗਈ ਸੀ ਤਾਂ ਉੱਥੇ ਜਿਹੜੇ ਬਜ਼ੁਰਗ ਸ਼ਾਮਿਲ ਹੋਏ ਸੀ ਉਹ ਕਹਿੰਦੇ ਮੈਂ ਖੁਦ ਮਾਈਕ 'ਚ ਬੋਲ ਕੇ ਦੱਸੂੰਗਾ ਕਿ ਮੈਂ ਕਿਉਂ ਆਇਆ। ਪਰ ਉਹਨਾਂ ਨੇ ਵੀ ਦੱਸਿਆ ਕਿ ਮੈਂ ਗਰੀਬ ਪਰਿਵਾਰ ਨਾਲ ਸੰਬੰਧਿਤ, ਔਰ ਮੇਰੀ ਬੇਟੀ ਨੂੰ ਪਟਵਾਰੀ ਦੀ ਨੌਕਰੀ ਮਿਲੀ ਬਿਨਾਂ ਰਿਸ਼ਵਤ ਤੋਂ, ਬਿਨਾਂ ਸਿਫਾਰਿਸ਼ ਤੋਂ। ਸੋ ਲੋਕ ਆਪਣੇ ਆਪ ਹੀ ਜਿਹੜਾ ਕੰਮਾਂ ਦੀ ਸ਼ਲਾਘਾ ਕਰਦੇ ਨੇ, ਆਪਣੇ ਆਪ ਹੀ ਜਿਹੜੀਆਂ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਨੇ ਉਹਨਾਂ ਨੂੰ ਦੇਖ ਕੇ ਆਮ ਆਦਮੀ ਪਾਰਟੀ ਸ਼ਾਮਿਲ ਹੋ ਰਹੀ ਹੈ। ਔਰ ਮੈਂ ਖੁਦ ਕਹਿ ਰਹੀ ਹਾਂ ਕਿ ਮੈਨੂੰ ਉਹਨੇ ਪ੍ਰਚਾਰ ਦੀ ਲੋੜ ਨਹੀਂ, ਕਿਉਂਕਿ ਲੋਕ ਹੀ ਪ੍ਰਚਾਰ ਕਰ ਰਹੇ ਨੇ। ਮੈਂ ਜਿਵੇਂ ਪਿਛਲੇ ਏਰੀਏ 'ਚ ਸੀਵਰੇਜ ਪਾਣੀ ਨੂੰ ਲੈ ਕੇ ਲੋਕਾਂ 'ਚ ਕਾਫੀ ਮਤਲਬ ਰੋਸ ਪਾਇਆ ਜਾ ਰਿਹਾ, ਜੇ ਸਰਕਾਰ ਨੇ ਕੁਛ ਨਹੀਂ ਕੀਤਾ ਢਾਈ ਸਾਲਾਂ 'ਚ। ਮੈਂ ਇਹ ਕਹਿਣਾ ਚਾਹਾਂਗੀ ਕਿ ਸਰਕਾਰ ਪ੍ਰਤੀ, ਜੇ ਕਹਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਤੀ ਜਿਹੜਾ ਰੋਸ ਹੈ, ਇਹਦੇ ਵਿੱਚ ਬਹੁਤ ਸਾਰਾ ਚਾਨਣਾ ਪਾਉਣ ਦੀ ਲੋੜ ਹੈ। ਕਿਉਂਕਿ ਜਿਹੜਾ ਸੀਵਰੇਜ ਦੀ ਸਮੱਸਿਆ ਮਲੋਟ ਦੀ, ਮੈਨੂੰ ਜਿੰਨੇ ਵੀ ਲੋਕਾਂ ਨੇ ਦੱਸਿਆ ਕਿ ਅਸੀਂ ਤਾਂ ਜੀ 20-25 ਸਾਲਾਂ ਤੋਂ ਇਹ ਸੰਤਾਪ ਭੋਗ ਰਹੇ ਹਾਂ, ਔਰ ਮੈਂ ਆਉਂਦੇ ਸਾਰ ਹੀ ਜਿਹੜੇ ਮਲੋਟ ਦੀ ਇਹ ਸਮੱਸਿਆ ਹੱਲ ਕਰਨ ਦੇ ਲਈ ਗ੍ਰਾਂਟ ਲੈ ਕੇ ਆਉਂਦੀ, 35 ਕਰੋੜ ਗ੍ਰਾਂਟ ਲੈ ਕੇ ਆਈ। ਔਰ ਮੀਡੀਆ ਦੇ ਜ਼ਰੀਏ ਵੀ ਮੈਂ ਦੱਸਣਾ ਚਾਹਾਂਗੀ ਕਿ ਇਹਦਾ ਕੰਮ ਜਿਹੜਾ ਪਹਿਲਾਂ ਅਬੋਹਰ ਰੋਡ ਤੋਂ ਸ਼ੁਰੂ ਕੀਤਾ ਸੀ, 25-26 ਨੰਬਰ ਵਾਰਡ ਨੂੰ ਕਨੈਕਟ ਕਰ ਲਿਆ, ਪਰ ਉਹ ਸਟੈਪ ਬਾਏ ਸਟੈਪ ਸਾਰੇ ਵਾਰਡ ਕਨੈਕਟ ਹੋ ਰਹੇ ਨੇ। ਅਸੀਂ ਜਨਰੇਟਰ ਵੀ ਲੈ ਕੇ ਆਏ ਹਾਂ, ਮੋਟਰਾਂ ਵੀ ਲੈ ਕੇ ਆਏ ਹਾਂ। ਔਰ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹਨੂੰ ਇਹ ਨਾ ਸਮਝਿਓ ਵੀ ਗ੍ਰਾਂਟ ਆ ਗਈ ਤਾਂ ਮੈਂ ਗ੍ਰਾਂਟ ਸਿੱਟ ਦੂੰਗੀ ਅਤੇ ਕੰਮ ਖਤਮ ਹੋ ਜਾਏਗਾ। ਇਹਦੇ ਲਈ ਟਾਈਮ 6-7 ਮਹੀਨੇ ਦਾ ਚਾਹੀਦਾ ਸੀ, ਕੰਮ 'ਚ ਕਿਤੇ ਵੀ ਰੁਕਾਵਟ ਨਹੀਂ ਆਈ। ਔਰ ਇਸ ਸਾਲ ਦੇ ਦੌਰਾਨ ਇਹ ਜਿਹੜੀ ਸਮੱਸਿਆ ਮਲੋਟ ਦੀ ਚਿਰਾਂ ਤੋਂ ਚੱਲੀ ਆ ਰਹੀ, ਇਹਦਾ ਪੂਰਨ ਤੌਰ 'ਤੇ ਹੱਲ ਕਰਾਂਗੇ। ਚੋਣ ਪ੍ਰਚਾਰ ਜਿਹੜਾ ਹੈਗਾ ਸਿਖਰਾਂ 'ਤੇ ਹੈਗਾ, ਚੋਣਾਂ ਦੇ ਵਿੱਚ ਜਿਹੜੇ ਥੋੜ੍ਹੇ ਦਿਨ ਹੀ ਰਹਿ ਗਏ ਹੈਗੇ, ਪਰ ਇਹ ਚਰਚਾ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਕੌਣ ਚੋਣ ਪ੍ਰਚਾਰ ਦੇ ਵਿੱਚ ਆ ਰਹੇ? ਦੇਖੋ ਜੀ, ਕਈ ਵਾਰੀ ਪ੍ਰਚਾਰ ਕਰਨ ਦਾ ਤਰੀਕਾ ਅਲੱਗ ਹੋ ਸਕਦਾ, ਜਿਵੇਂ ਅਸੀਂ ਬਾਹਰ ਨਿਕਲ ਕੇ ਪ੍ਰਚਾਰ ਕਰ ਰਹੇ ਹਾਂ, ਜਾਂ ਅਸੀਂ ਬਹੁਤ ਸ਼ੋਰ ਸ਼ਰਾਬੇ ਨਾਲ ਪ੍ਰਚਾਰ ਕਰ ਰਹੇ ਹਾਂ, ਜਾਂ ਮਾਊਥ ਟੂ ਮਾਊਥ ਪ੍ਰਚਾਰ ਹੋ ਰਿਹਾ, ਪਰ ਸਾਡਾ ਕੋਈ ਵੀ ਮੈਂਬਰ ਕਹਿ ਲਓ, ਕੋਈ ਚੇਅਰਮੈਨ ਕਹਿ ਲਓ, ਵਰਕਰ ਕਹਿ ਲਓ, ਅਸੀਂ ਕਿਤੇ ਵੀ ਸਾਇਲੈਂਟ ਨਹੀਂ ਹਾਂ, ਅਸੀਂ ਲੱਗੇ ਹੋਏ ਹਾਂ। ਦੂਸਰੇ ਪਾਸੇ ਜਿਹੜਾ ਅਕਾਲੀ ਦਲ ਨੇ ਆਪਣਾ ਐਲਾਨਨਾਮਾ ਜਿਹੜਾ ਜਾਰੀ ਕੀਤਾ ਹੈਗਾ, ਜਿਹਦੇ ਵਿੱਚ ਉਹਨਾਂ ਨੇ ਕਈ ਕੰਡੀਸ਼ਨਾਂ ਰੱਖੀਆਂ ਹੈਗੀਆਂ ਵੀ ਜਿਹੜਾ ਅਸੀਂ ਜਿਹੜੇ ਖੇਤੀ ਕਾਨੂੰਨਾਂ ਦੇ, ਕਿਸਾਨਾਂ ਦੇ ਹੱਕਾਂ ਦੇ ਵਿੱਚ ਨੀਤੀਆਂ ਲੈ ਕੇ ਆਵਾਂਗੇ, ਪੰਜਾਬ ਦੇ ਵਿੱਚੋਂ ਜਿਹੜੇ ਬਾਹਰ ਜਿਹੜਾ ਹੈਗਾ ਇੱਥੇ ਜ਼ਮੀਨ ਨਹੀਂ ਸਕੂਗਾ। ਮੈਂ ਤਾਂ ਕਹਾਂਗੀ ਕਿ ਹੁਣ ਤੱਕ ਅਕਾਲੀ ਦਲ ਹੀ ਸੀ, ਹੁਣ ਤੱਕ ਉਹ ਕਿੱਥੇ ਸੁੱਤੇ ਹੋਏ ਸੀਗੇ,
ਕਿਉਂ ਨਹੀਂ ਹੁਣ ਤੱਕ ਉਹਨਾਂ ਨੇ ਕੁਛ ਕੀਤਾ? ਸਾਨੂੰ ਤਾਂ ਹੁਣ ਹੀ 2 ਸਾਲ ਹੀ ਮੌਕਾ ਮਿਲਿਆ ਔਰ ਅਸੀਂ ਆਪਣੀ ਪੂਰੀ ਜਿੰਦ ਜਾਨ ਲਾਈ ਹੈ ਵੀ ਲੋਕਾਂ ਤੱਕ ਸਹੂਲਤਾਂ ਪਹੁੰਚਾਉਣਗੇ। ਔਰ 5 ਸਾਲ ਜਿਹੜਾ ਹੁਣ ਤੱਕ ਸਾਡੇ ਕੋਲ ਮੈਂਬਰ ਪਾਰਲੀਮੈਂਟ ਵੀ ਸਰਦਾਰ ਸੁਖਬੀਰ ਸਿੰਘ ਬਾਦਲ, ਜੋ ਅਕਾਲੀ ਦਲ ਦੇ ਕਰਤਾ ਧਰਤਾ ਵੀ ਕਹਿ ਸਕਦੇ ਹਾਂ, ਅਤੇ ਉਹਨਾਂ ਨੇ 5 ਸਾਲਾਂ ਦੌਰਾਨ ਇੱਕ ਵਾਰ ਵੀ ਕਿਤੇ ਪਾਰਲੀਮੈਂਟ 'ਚ ਆਵਾਜ਼ ਨਹੀਂ ਚੁੱਕੀ, ਅਤੇ ਲੋਕ ਆਪ ਹੀ ਸਿਆਣੇ ਨੇ ਵੀ ਕਿਹੜੇ ਪਾਰਟੀ ਕਿਹੜੇ ਲਈ। ਉਹ ਇਹ ਵੀ ਕਹਿ ਰਹੇ ਹੈਗੇ ਵੀ ਜਿਹੜੇ ਨਸ਼ਾ ਤਸਕਰ ਹੋਊਗਾ, ਨਸ਼ਾ ਤਰਖਤ ਨੂੰ ਜਿਹੜਾ ਹੈਗਾ ਮੌਤ ਦੀ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ। ਉਸ ਤੋਂ ਇਲਾਵਾ ਜਿਹੜੇ ਪਾਣੀ ਆ, ਜਿਹੜੇ ਪਾਣੀਆਂ ਦੀ ਰਾਖੀ ਕਰਾਂਗੇ, ਹੋਰ ਸੂਬਿਆਂ ਨੂੰ ਪਾਣੀ ਨਹੀਂ ਲੈਂਦੇ ਹੁੰਦੇ। ਦੇਖੋ ਨਸ਼ਾ ਜਿਨ੍ਹਾਂ ਨੇ, ਜਿਹੜੇ ਖੁਦ ਨਸ਼ਾ ਲੈ ਕੇ ਆਏ ਪੰਜਾਬ 'ਚ, ਬੱਚਾ ਬੱਚਾ ਜਾਣਦਾ ਕਿ ਨਸ਼ਾ ਕੌਣ ਲੈ ਕੇ ਆਇਆ, ਉਹ ਹੁਣ ਇਹੋ ਜਿਹੀਆਂ ਗੱਲਾਂ ਕਰ ਰਹੇ ਨੇ। ਉਹ ਆਪਣੇ ਕਾਰਜਕਾਲ ਦੌਰਾਨ ਉਹਨਾਂ ਨੂੰ ਲੋਕਾਂ ਨੇ ਸਮਾਂ ਦਿੱਤਾ ਸੀ, ਉਦੋਂ ਹੀ ਠੱਲ ਕਿਉਂ ਨਹੀਂ ਪਾਈ? ਉਹ ਨਸ਼ਾ ਆਇਆ ਹੀ ਕਿਉਂ ਪੰਜਾਬ 'ਚ? ਅਸੀਂ ਲਗਾਤਾਰ ਲੱਗੇ ਹੋਏ ਹਾਂ ਆਪਣੇ ਬੱਚਿਆਂ ਨੂੰ ਬਚਾਉਣ ਦੇ ਲਈ, ਮਰੀਜ਼ਾਂ ਨੂੰ ਬਚਾਉਣ ਦੇ ਲਈ, ਅਤੇ ਇਹ ਵਿਹਲੇ ਬੈਠੇ ਘਾੜ ਤਾਂ ਘੜੀ ਜਾਂਦੇ ਆ। ਕੀ ਲੱਗਦਾ ਕਿ ਜਿਹੜਾ ਐਲਾਨਨਾਮਾ ਜਿਹੜਾ ਇਹਨਾਂ ਜਾਰੀ ਕੀਤਾ, ਕਿੱਥੋਂ ਤੱਕ ਸਹੀ ਹੋਊਗਾ? ਮੈਨੂੰ ਲੱਗਦਾ ਲੋਕ ਹੀ ਜਵਾਬ ਦੇਣਗੇ ਕਿ ਪਹਿਲਾਂ ਤੁਸੀਂ ਕਿੰਨੀ ਵਾਰੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਰਹੇ ਆ, ਅਤੇ ਉਹ ਉਹਨਾਂ ਦਿਨਾਂ ਦੇ ਵਿੱਚ ਕਿਉਂ ਨਹੀਂ ਇਹਨਾਂ ਨੂੰ ਜਿੱਤਿਆ? ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਕਹਿ ਰਹੇ, ਅਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਸਵਾਲ ਕਰਾਂਗੇ ਕਿ ਕਿਸਾਨਾਂ ਲਈ ਨਹੀਂ ਖਰੇ ਉਤਰੇ ਹੈਗੇ ਆ, ਜਿਹੜੀ ਕਿਸਾਨਾਂ ਨੂੰ ਜਿਹੜੀਆਂ ਸਹੂਲਤਾਂ ਦੇਣੀਆਂ ਸੀ MSP ਲਾਗੂ ਕੀਤੀਆਂ ਜਾਣਗੀਆਂ। ਦੇਖੋ, ਕੋਈ ਵੀ ਸਾਨੂੰ ਸਵਾਲ ਖੜਾ ਕਰ ਸਕਦਾ, ਲੋਕਾਂ ਦੇ ਹੱਕ ਹੈ, ਕਿਸਾਨ ਵੀ ਕਰ ਸਕਦੇ ਨੇ, ਪਰ ਕਿਸਾਨਾਂ ਨੂੰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਵੀ ਜਦੋਂ ਉਹਨਾਂ ਨੇ ਮੋਹਾਲੀ ਦੇ ਵਿੱਚ ਜਿਹੜਾ ਬਹੁਤ ਵੱਡਾ ਰੋਸ ਪ੍ਰਦਰਸ਼ਨ ਹੋਣ ਜਾ ਰਿਹਾ ਸੀ, ਮਾਨ ਸਾਹਿਬ ਨੇ ਰਾਤ ਦੇ 2-2, 3-3 ਵਜੇ ਤੱਕ ਮੀਟਿੰਗ ਕੀਤੀ ਸੈਂਟਰ ਸਰਕਾਰ ਨਾਲ ਵੀ ਇਹਨੂੰ ਕਿਤੇ ਨਾ ਕਿਤੇ ਮੈਂ ਸਿਰੇ ਚਾੜ ਦੇਵਾਂ। ਸਾਡੀ ਲੜਾਈ ਸੈਂਟਰ ਸਰਕਾਰ ਨਾਲ ਪਹਿਲਾਂ ਵੀ ਸੀ ਅਤੇ ਹੁਣ ਵੀ ਹੈ, ਅਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਿਹੜੇ ਮੋਦੀ ਆ ਉਹਨੂੰ ਅਸੀਂ ਥੱਲੇ ਤਾਰ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਨ ਚੜ੍ਹਾਈ। ਫਰੀਦਕੋਟ ਹਲਕੇ ਤੋਂ BJP ਦੇ ਉਮੀਦਵਾਰ ਨੇ ਇੱਕ ਕਿਸਾਨ ਪ੍ਰਤੀ ਇੱਕ ਵਿਵਾਦਕ ਬਿਆਨ ਦਿੱਤਾ ਹੈਗਾ, ਉਸਨੂੰ ਕਿਸ ਤਰ੍ਹਾਂ? ਮੈਨੂੰ ਨਹੀਂ ਪਤਾ ਵੀ ਉਹ ਉਮੀਦਵਾਰ ਕਿਸ ਤਰ੍ਹਾਂ ਦੇ ਬੇਤੁਕੇ 'ਚ ਬਿਆਨ ਦਿੰਦੇ ਰਹਿੰਦੇ ਆ, ਪਰ ਮੈਨੂੰ ਇਸ ਗੱਲ ਦੀ ਮੈਂ ਨਿਖੇਧੀ ਕਰਾਂਗੀ ਵੀ ਕਦੇ ਵੀ ਕਿਸੇ ਵਰਗ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ।